ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ ਤੁਹਾਡੇ ਸਭ ਦੇ? ਅਸੀਂ ਬਿਲਕੁਲ ਠੀਕ ਠਾਕ ਹਾਂ ਜੀ। ਤਾਂ ਅੱਜ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਅੱਜ ਤੁਹਾਡੇ ਨਾਲ ਕੀ ਸ਼ੇਅਰ ਕਰਨ ਜਾ ਰਹੇ ਹਾਂ। ਅਤੇ ਹਾਂਜੀ, ਅਸੀਂ ਬਣਾਉਣ ਜਾ ਰਹੇ ਹਾਂ ਪੰਜੀਰੀ। ਇਹ ਕਾਹਦੀ ਬਣਾਉਣ ਜਾ ਰਹੇ ਹਾਂ ਤੁਹਾਨੂੰ ਦੱਸਦੇ ਹਾਂ ਜੀ। ਬਸ ਪਹਿਲਾਂ ਅਸੀਂ ਜੋ ਡਰਾਈ ਫਰੂਟ ਲਏ ਨੇ ਉਹਨਾਂ ਨੂੰ ਅਸੀਂ ਮਿਕਸੀ 'ਚ ਪਾ ਕੇ ਹੈਗਾ ਲਿਆ ਪੀਸ। ਕੋਈ ਜ਼ਿਆਦਾ ਆਪਾਂ ਡਰਾਈ ਫਰੂਟ ਵਗੈਰਾ ਇਸ ਵਿੱਚ ਨਹੀਂ ਪਾਉਣੇ ਹੈਗੇ, ਬਦਾਮ ਕਾਜੂ ਹੀ ਲਏ ਸੀਗੇ ਬਸ। ਜਾਂ ਪਾਏ ਸੀ ਓਨਲੀ ਮਗਜ਼। ਬਹੁਤ ਜ਼ਿਆਦਾ ਆਪਾਂ ਸਮਾਨ ਯੂਜ਼ ਨਹੀਂ ਕਰਨਾ ਕਿਉਂਕਿ ਪੰਜੀਰੀ ਨੂੰ ਬਹੁਤ ਜ਼ਿਆਦਾ ਗਰਮ ਵੀ ਨਹੀਂ ਕਰਨਾ ਆਪਾਂ। ਅਤੇ ਹਾਂਜੀ, ਹੁਣ ਅਸੀਂ ਪਾਉਣ ਜਾ ਰਹੇ ਹਾਂ ਕੜਾਹੀ ਦੇ ਵਿੱਚ ਤੇਲ। ਇਹ ਤੇਲ ਕਾਹਦਾ ਆ ਜੀ? ਤੁਸੀਂ ਦੇਖ ਕੇ ਹੈਰਾਨ ਹੁੰਦੇ ਹੋਵੋਗੇ ਕਿ ਤੇਲ ਦੀ ਵੀ ਪੰਜੀਰੀ ਬਣਦੀ ਆ। ਹਾਂਜੀ, ਇਸ ਵਾਰ ਅਸੀਂ ਬਣਾਉਣ ਜਾ ਰਹੇ ਹਾਂ ਤਿਲਾਂ ਦੇ ਤੇਲ ਦੀ ਪੰਜੀਰੀ। ਇਹ ਲਿਫਾਫੇ ਦੇ ਵਿੱਚ ਤੇਲ ਤਾਂ ਆ ਕਿਉਂਕਿ ਸਾਨੂੰ ਘਰ ਦਾ ਤੇਲ ਕੱਢਿਆ ਹੋਇਆ ਮਿਲਿਆ ਆ, ਅਤੇ ਜਿਹੜਾ ਮੁੱਲ ਆਉਂਦਾ ਉਹ ਬੋਤਲਾਂ ਦੇ ਵਿੱਚ ਪੈਕ ਹੁੰਦਾ ਆ। ਪਿਛਲੇ ਸਾਲ ਅਸੀਂ ਬਣਾਈ ਸੀਗੀ ਅਲਸੀ ਦੇ ਤੇਲ ਦੀ ਪੰਜੀਰੀ। ਇਸ ਵਾਰ ਅਸੀਂ ਮਤਲਬ ਨਵਾਂ ਐਕਸਪੈਰੀਮੈਂਟ ਕਰ ਰਹੇ ਹਾਂ ਤਿਲਾਂ ਦੇ ਤੇਲ 'ਤੇ। ਇੱਕ ਪਾਸਾ ਖੁੰਝਾ ਜਿਹਾ ਸਾਡਾ ਵੀ, ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਕਿ ਬਹੁਤ ਜ਼ਿਆਦਾ ਗਰਮ ਤਾਂ ਨਹੀਂ? ਵੈਸੇ ਸਾਨੂੰ ਇਹ ਅਲਸੀ ਦੇ ਤੇਲ ਨਾਲੋਂ ਵੀ ਜ਼ਿਆਦਾ ਠੀਕ ਲੱਗਿਆ। ਅਤੇ 3 ਕਿਲੋ ਅਸੀਂ ਤੇਲ ਲਿਆ ਹੈਗਾ ਇਹ। ਇਹ ਘਿਓ ਨਾਲੋਂ ਵੀ ਜ਼ਿਆਦਾ ਕਹਿੰਦੇ ਬੈਟਰ ਆ, ਬਹੁਤ ਜ਼ਿਆਦਾ ਵਧੀਆ ਚੀਜ਼। ਇਹਦੇ ਵਿੱਚ ਜ਼ਿਆਦਾ ਗੁਣ ਨੇ ਘਿਓ ਨਾਲੋਂ ਵੀ ਜ਼ਿਆਦਾ। ਘਿਓ ਖਰਾਬ ਕਰਦਾ ਜੇ, ਫਿਰ ਵੀ ਜਦੋਂ ਠੰਡਾ ਹੋ ਜਾਂਦਾ ਆ ਜੰਮ ਜਾਂਦਾ ਆ, ਪਰ ਇਹਦੇ ਵਿੱਚ ਉਹ ਚੀਜ਼ ਵੀ ਬਿਲਕੁਲ ਵੀ ਨਹੀਂ ਹੈਗੀ। ਹਾਂਜੀ, ਤੁਸੀਂ ਦੇਖਦੇ ਹੋ ਕਿ ਪੰਜੀਰੀ ਦਾ ਪ੍ਰੋਸੈਸ ਹੋ ਗਿਆ ਤਿਆਰ। ਪਹਿਲਾਂ ਅਸੀਂ ਓਇਲ ਨੂੰ ਚੰਗੀ ਤਰ੍ਹਾਂ ਤਿਲਾਂ ਦੇ ਤੇਲ ਨੂੰ ਗਰਮ ਕਰ ਲਿਆ ਸੀਗਾ ਤਾਂ ਕਿ ਇਹਦੇ ਵਿੱਚੋਂ ਕੱਚੇ ਦਾ ਸਵਾਦ ਜਾਂ ਕੱਚੇ ਦੀ ਸਮੈਲ ਬਿਲਕੁਲ ਨਾ ਆਵੇ। ਅਤੇ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਅਸੀਂ ਦੋ ਜਣੇ ਹੋ ਗਏ ਸੀ ਰੈਡੀ। ਅਤੇ ਵੀ ਇੱਕ ਜਣਾ ਖੁਰਚਣੇ ਦੇ ਨਾਲ ਦੀ ਨਾਲ ਹਿਲਾਈ ਜਾਵੇ ਅਤੇ ਇੱਕ ਜਣਾ ਨਾਲ ਦੀ ਨਾਲ ਆਟਾ ਪਾਈ ਜਾਵੇ ਤਾਂ ਕਿ ਆਟਾ ਇੱਕਦਮ ਵਿੱਚ ਸਿੱਟੇ ਅਤੇ ਵੀ ਦੂਜਾ ਥੋੜ੍ਹਾ ਜਿਹਾ ਵੇਟ ਕਰਦਾ ਰਹਿ ਜਾਵੇ ਅਤੇ ਜਦ ਨੂੰ ਕਿਤੇ ਆਟਾ ਜਲ ਜਾਵੇ। ਪਰ ਇਸ ਤਰ੍ਹਾਂ ਨਹੀਂ ਹੋਇਆ ਅਤੇ ਆਟਾ ਪਾ ਕੇ ਦਿਲੋਂ ਤੇਲ ਫਿਰ ਠੰਡਾ ਵੀ ਹੋ ਗਿਆ। ਆਟਾ ਭੁੰਨਣ ਵੇਲੇ ਸਾਨੂੰ ਲੱਗ ਰਿਹਾ ਸੀ ਥੋੜ੍ਹਾ ਜਿਹਾ ਵੀ ਇਹ ਆਟਾ ਕਿੰਨਾ ਕੁ ਡਾਰਕ ਕਰਨਾ ਪਊਗਾ, ਕਿਉਂਕਿ ਜਿਹੋ ਜਿਹੇ ਕਲਰ ਦਾ ਆਪਾਂ ਆਟਾ ਪੰਜੀਰੀ ਵਿੱਚ ਭੁੰਨਦੇ ਹਾਂ ਉਹੋ ਜਿਹਾ ਕਲਰ ਤਾਂ ਮਤਲਬ ਤੇਲ ਦੇ ਕਲਰ ਦੇ ਨਾਲ ਹੀ ਆਟੇ ਦਾ ਹੋ ਗਿਆ ਸੀਗਾ। ਉਹੋ ਜਿਹਾ ਰੰਗ ਤਾਂ ਇਹਨੇ ਪਹਿਲਾਂ ਹੀ ਫੜ ਲਿਆ ਸੀਗਾ। ਜਿਵੇਂ ਘਿਓ ਵਿੱਚ ਆਟਾ ਭੁੰਨਦੇ ਉਹ ਤਾਂ ਵਾਈਟ ਹੁੰਦਾ, ਉਹ ਹੌਲੀ 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 ਉਹਦਾ ਕਲਰ ਚੇਂਜ ਹੁੰਦਾ ਤਾਂ ਆਪਾਂ ਨੂੰ ਸਮਝ ਆਉਂਦੀ ਰਹਿੰਦੀ ਆ। ਅਤੇ ਇਸ ਤਰ੍ਹਾਂ ਵੈਸੇ ਤਾਂ ਖੁਸ਼ਬੂ ਆਉਣ ਲੱਗ ਜਾਂਦੀ ਹੈ ਜਦੋਂ ਆਟਾ ਭੁੰਨਣ ਲੱਗਦੇ, ਭੁੱਜ ਹੋਣ ਲੱਗ ਜਾਂਦਾ ਆ, ਬਟ ਫਿਰ ਵੀ ਖੁਸ਼ਬੂ ਤਾਂ ਪਹਿਲਾਂ ਹੀ ਆਉਣ ਲੱਗ ਜਾਂਦੀ ਆ। ਫਿਰ ਵੀ ਥੋੜ੍ਹੇ ਜਿਹੇ ਹਿਸਾਬ ਨਾਲ ਭੁੰਨਣਾ ਹੁੰਦਾ ਆਪਾਂ, ਥੋੜ੍ਹਾ ਜਿਹਾ ਆਟੇ ਨੂੰ ਵੀ ਕੱਚਾ ਵੀ ਨਾ ਰਹੇ, ਉਹਦਾ ਸਵਾਦ ਨਾ ਆਵੇ ਮੂੰਹ ਦੇ ਵਿੱਚ। 3 ਕਿਲੋ ਤੇਲ ਸੀ ਅਤੇ ਅਸੀਂ 3 ਕਿਲੋ ਹੀ ਲਿਆ ਸੀ ਤੋਲ ਕੇ ਆਟਾ। ਅਤੇ ਫਿਰ ਵੀ ਸਾਨੂੰ ਲੱਗਦਾ ਸੀ ਵੀ ਓਇਲੀ ਜੇ ਜ਼ਿਆਦਾ ਹੋ ਜਾਣਾ ਕਿਉਂਕਿ ਆਟੇ ਨੇ ਭੁੱਜ ਭੁੱਜ ਕੇ ਫਿਰ ਘਿਓ ਵੀ ਛੱਡਣਾ ਆ, ਅਤੇ ਇਸ ਕਰਕੇ ਅਸੀਂ 1 ਤਸਲੀ 1/2 ਕਿਲੋ ਦੇ ਕਰੀਬ ਆਟਾ ਹੋਰ ਪਾਤਾ ਅਤੇ 3.5 ਕਿਲੋ ਆਟਾ ਹੋ ਗਿਆ ਪੰਜੀਰੀ। ਅਸੀਂ ਵੈਸੇ ਇੰਜੀ ਰਲਾ ਲਈ ਸੀਗੀ 3.5 ਕਿਲੋ ਆਟੇ ਦੇ ਨਾਲ, ਤਾਂ ਵੀ ਕਾਫੀ ਜ਼ਿਆਦਾ ਮਤਲਬ ਇਹਨੇ ਓਇਲ ਛੱਡਤਾ ਸੀਗਾ। ਹਵਾ ਚੱਲਦੀ ਸੀ ਉਸ ਦਿਨ ਅਤੇ ਧੂੰਆਂ ਵੀ ਬਹੁਤ ਜ਼ਿਆਦਾ ਲੱਗ ਰਿਹਾ ਸੀਗਾ, ਅੱਖਾਂ ਨੂੰ ਬਹੁਤ ਬੁਰਾ ਹਾਲ ਹੋਇਆ ਸਾਡਾ ਪੰਜੀਰੀ ਬਣਾਉਂਦੇ ਦਾ। ਅੱਗ ਵੀ ਘੱਟ ਰੱਖਣੀ ਸੀ, ਬਹੁਤ ਚੰਗੀ ਤਰ੍ਹਾਂ ਜ਼ਿਆਦਾ ਜ਼ੋਰ ਦੇ ਨਾਲ ਅੱਗ ਵੀ ਨਹੀਂ ਸੀਗੀ ਬਚਾਉਣੀ, ਕਿਉਂਕਿ ਫਿਰ ਇਹ ਸਲੋ ਅੱਗ 'ਤੇ ਹੀ ਭੁੰਨਣੀ ਹੁੰਦੀ ਆ ਹੈ ਨਾ, ਬਹੁਤ ਜ਼ਿਆਦਾ ਤੇਜ਼ ਅੱਗ ਕਰਕੇ ਆਟਾ ਜਾਲ ਦੇਣਾ ਨਹੀਂ ਹੁੰਦਾ। ਫਿਰ ਵੀ ਆਟਾ ਦੇਖੋ ਕਿੰਨਾ ਸੋਹਣਾ ਭੁੱਜ ਗਿਆ, ਤਾਂ ਇਹਦੇ ਦੇਖੋ ਫੇਰ ਕਿੰਨਾ ਤੇਲ ਛੱਡਤਾ ਹੋਇਆ ਵਾ ਆਟੇ ਨੇ। ਸਾਨੂੰ ਜ਼ਿਆਦਾ ਤੇਲ ਜਿਹਾ ਲੱਗ ਰਿਹਾ ਸੀ ਪੰਜੀਰੀ ਬਣਾਉਣ ਤੋਂ, ਅਗਲੇ ਦਿਨ ਅਸੀਂ 1/2 ਕਿਲੋ ਆਟਾ ਫੇਰ ਇਹਦੇ ਵਿੱਚ ਭੁੰਨ ਕੇ ਪਾਇਆ, ਯਾਨੀ 3 ਕਿਲੋ ਤੇਲ ਦੇ ਵਿੱਚ 4 ਕਿਲੋ ਦਾ ਕਰੀਬ ਆਟਾ ਪੈ ਗਿਆ। ਡਰਾਈ ਫਰੂਟ ਅਸੀਂ ਮਿਕਸੀ ਦੇ ਵਿੱਚ ਥੋੜ੍ਹੇ ਜਿਹੇ ਮੋਟੇ ਮੋਟੇ ਦੈੜ ਜੇ ਕਰ ਲਏ ਸੀਗੇ, ਬਹੁਤ ਜ਼ਿਆਦਾ ਪਾਊਡਰ ਨਹੀਂ ਬਣਾਇਆ ਇਹਨਾਂ ਦਾ, ਅਤੇ ਅਸੀਂ ਰੋਸਟ ਵੀ ਨਹੀਂ ਕਰੇ ਸੀਗੇ। ਚਾਹੋ ਤਾਂ ਤੁਸੀਂ ਰੋਸਟ ਕਰਕੇ ਥੋੜ੍ਹਾ ਜਿਹਾ ਘਿਓ ਦੇ ਵਿੱਚ ਪਹਿਲਾਂ ਰੋਸਟ ਕਰਕੇ ਪਾਵੋ ਤਾਂ ਉਹਦਾ ਟੇਸਟ ਵੈਸੇ ਥੋੜ੍ਹਾ ਜਿਹਾ ਜ਼ਿਆਦਾ ਆਉਂਦਾ ਆ, ਪਰ ਅਸੀਂ ਇੰਨੇ ਤਾਮ ਝਾਮ ਨਹੀਂ ਕਰੇ। ਸਾਨੂੰ ਸਿਰਫ ਪੰਜੀਰੀ ਰਲਾਉਣ ਤੱਕ ਸੀਗਾ ਵੀ ਬਸ ਟਾਈਮ ਨਾਲ ਰਲਾ ਲਈਏ, ਬੱਚਿਆਂ ਨੂੰ ਛੁੱਟੀ ਸੀਗੀ।
ਰਲਦੀ ਆ ਪੰਜੀਰੀ, ਦੇਖ ਲਓ ਐਂ ਬਣਾਇਆ ਕਰੋ ਤੁਸੀਂ ਵੀ। ਆ ਦੇਖ ਲਓ ਜੀ, ਰੰਗ ਬਿਰੰਗੇ ਮੂੰਹ ਕਰਕੇ ਪੰਜੀਰੀ ਖੋਰਦੇ ਨੇ। ਧੂਏ ਨਾਲ ਬੁਰਾ ਹਾਲ ਹੋਇਆ ਪਿਆ। ਵਾਢੇ ਨੂੰ ਆ ਕੇ ਆਏ ਖੁਰਚਣੇ ਨੂੰ ਵਾਢਣੇ ਆ ਤਾਂ ਹਿਲਦੇ ਹੀ ਆ ਜਾਓ। ਪੈ ਗਈ ਗਈ ਨੀ ਹੈ ਨੀ ਵਿੱਚ ਪਹਿਲਾ ਹਿੱਸਾ ਬਾਬਾ ਜੀ ਦਾ ਚੱਲ ਉਹ ਤਾਂ ਹੋ ਗਈ ਖੰਡ ਮਿਕਸ ਸਾਰੀ ਵਿੱਚ ਆ ਦੇ ਆ ਤਾਂ ਹੋਰ ਪਾ ਚੱਕੀ ਲੈਣਾ ਬਸ ਬਸ ਇੰਨਾ ਬਣੀ ਇੰਨਾ ਬਣੀ ਬਸ ਇੱਥੇ ਉਹ ਵੀ ਨੀ ਸੀ ਹੁਣ ਤਾਂ ਫੋਕਸ ਵੀ ਨੀ ਹੋਇਆ ਫਿਰ ਪਰੇ ਵੀ ਲੈ ਗਿਆ ਕੀ ਆ ਬੰਦਾ ਦੱਸ। ਹਾਂਜੀ ਮੈਂ ਲੱਗੀ ਹਾਂ ਟੇਸਟ ਕਰਨ, ਮਿੱਠਾ ਦੇਖਣ ਵੀ ਕਿੰਨਾ ਕਾ ਠੰਡੀ ਕਰਕੇ ਥੋੜ੍ਹੀ। ਹਾਂਜੀ ਪੰਜੀਰੀ ਹੋ ਗਈ ਹੈ ਰੈਡੀ, ਆ ਜਾਓ ਤੁਸੀਂ ਵੀ ਸਾਰੇ ਆ ਕੇ ਖਾਓ, ਜਿਹਨੇ ਫਟਾਫਟ ਖਾਣੀਆਂ ਨਹੀਂ ਅਸੀਂ ਮੁਕਾ ਦੇਣੀਆਂ, ਫਿਰ ਨਾ ਕਹਿਓ ਕਿ ਸਾਡੇ ਜੋਗੀ ਬਚੀ ਨਹੀਂ ਹੈਗੀ। ਵਾਓ ਬੜੀ ਟੇਸਟੀ ਹਰ ਕਿਤੇ।